ਭਾਈ ਅਮਰ ਸਿੰਘ ਹੋਣਾ ਨੇ, ਭਾਈ ਪਿਆਰਾ ਸਿੰਘ ਹੋਣਾ ਨੇ, ਜਿੰਨੇ ਉਹਨਾਂ ਨੂੰ ਮਿਲਦੇ ਰਹੇ ਉਹ ਆਪਣੀਆਂ ਸੁੱਖ ਸਹੂਲਤਾਂ ਛੱਡ ਕੇ ਇਸ ਜੰਗ ਦੇ ਵਿੱਚ ਸ਼ਾਮਲ ਹੁੰਦੇ ਰਹੇ। ਅੱਜ ਜਦੋਂ ਆਪਾਂ ਸਮਾਗਮਾਂ 'ਚ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਤਾਂ ਜਦੋਂ ਸ਼ਹਾਦਤਾਂ ਦਾ ਜ਼ਿਕਰ ਕਰਦੇ ਹਾਂ ਤਾਂ ਉਹਨੂੰ ਬਹੁਤ ਕੈਲਕੂਲੇਸ਼ਨਾਂ 'ਚ ਲੈ ਜਾਂਦੇ ਹਾਂ, ਉਹਨੂੰ ਘਾਟੇ 'ਚ ਲੈ ਜਾਂਦੇ ਹਾਂ। ਇਹ ਕੋਈ ਨਫੇ ਨੁਕਸਾਨ ਦੀ ਖੇਡ ਨਹੀਂ ਸੀਗੀ, ਇਹ ਵਪਾਰ ਨਹੀਂ ਸੀਗਾ। ਕਿੰਨੇ ਹੀ ਪਰਿਵਾਰ, ਜਦੋਂ ਭਾਈ ਗੁਰਦੇਵ ਸਿੰਘ ਹੋਣਾ ਨੇ ਦੱਸਿਆ ਕਿ ਕਿੰਨੇ ਹੀ ਪਰਿਵਾਰ ਉਹਨਾਂ ਕੋਲ ਘਰ ਆ ਕੇ ਸੇਵਾ ਕਰਨ ਦੀ ਇੱਛਾ ਜ਼ਾਹਰ ਕਰਦੇ ਰਹੇ ਕਿ ਸਾਨੂੰ ਉਹਨਾਂ ਨਾਲ ਮਿਲਾਓ, ਅਸੀਂ ਸੇਵਾ ਕਰਨੀ ਹੈ। ਅੱਜ ਜਦੋਂ ਅਸੀਂ ਪਰਿਵਾਰਾਂ ਦੀ ਵੀ ਗੱਲ ਕਰਦੇ ਹਾਂ, ਇਸ ਗੱਲ 'ਚ ਕੋਈ ਦੋ ਰਾਏ ਨਹੀਂ ਕਿ ਸਾਡੀ ਜਿੰਨੇ ਅਸੀਂ ਹੁਣ ਅਗਲੀ ਪੀੜ੍ਹੀ ਵਜੋਂ ਹਾਂ ਜਾਂ ਜਿੰਨੇ ਆਪਾਂ ਬਚੇ ਹਾਂ ਪਿਛਲੇ ਸੰਘਰਸ਼ 'ਚੋਂ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਆਪਾਂ ਉਹ ਪਰਿਵਾਰਾਂ ਦੀ ਸਾਂਭ ਸੰਭਾਲ ਕਰੀਏ। ਜਿਹੜੀਆਂ ਗੱਲਾਂ ਹੈ ਪਦਾਰਥ ਦੀਆਂ, ਘਰ ਦੀਆਂ, ਇਹ ਛੋਟੀਆਂ, ਵੱਡੀ ਗੱਲ ਇਹ ਹੋਣੀ ਚਾਹੀਦੀ, ਤੁਹਾਨੂੰ ਮਾਣ ਹੋਣਾ ਚਾਹੀਦਾ ਕਿ ਸਾਡੇ ਘਰ ਦਾ ਜੀ ਮਹਾਰਾਜ ਦੀ ਗੋਦ 'ਚ ਗਿਆ। ਸਾਨੂੰ ਆਪਣੇ ਅੰਦਰ ਇਹ ਝਾਕ ਮਾਰ ਕੇ ਮਹਾਰਾਜ ਨੂੰ ਅਰਦਾਸ ਕਰਨੀ ਚਾਹੀਦੀ ਕਿ ਮਹਾਰਾਜ ਬਖਸ਼ਿਸ਼ ਕਰਨ, ਆਪਾਂ ਆਪਣੀਆਂ ਇਹ ਸੁੱਖ ਸਹੂਲਤਾਂ 'ਚੋਂ ਨਿਕਲ ਕਰਕੇ ਪੰਥ ਦੇ ਰਾਹ ਦੇ ਉੱਤੇ ਕੋਈ ਤਿਲ ਫੁੱਲ ਮਹਾਰਾਜ ਸੇਵਾ ਲੈ ਲੈਣ। ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਹੀਦਾਂ ਦੀ ਯਾਦ 'ਚ ਇਕੱਤਰ ਹੋਈ ਸੰਗਤ, ਫਤਿਹ ਦੀ ਸਾਂਝ ਪਾਈਏ ਜੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦੀ ਬਖਸ਼ਿਸ਼ ਸਦਕਾ ਪਿਛਲੇ ਸਾਲ ਇਸ ਸਬੱਬ ਬਣਿਆ ਕਿ ਜਿਨ੍ਹਾਂ ਸ਼ਹੀਦਾਂ ਦੀ ਯਾਦ 'ਚ ਆਪਾਂ ਇਕੱਤਰ ਹੋਏ ਹਾਂ, ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣ ਦਾ, ਉਹਨਾਂ ਦਾ ਸਾਥ ਮੰਨਣ ਵਾਲੇ, ਉਹਨਾਂ ਨਾਲ ਵਿਚਰਨ ਵਾਲੇ ਸਿੰਘਾਂ ਨੂੰ ਮਿਲਣ ਦਾ, ਉਹਨਾਂ ਨਾਲ ਗੱਲਾਂ ਬਾਤਾਂ ਕਰਨ ਦਾ ਸਮਾਂ ਮਿਲਿਆ। ਉਹ ਰੂਹਾਂ ਐਸੀਆਂ ਨੇ ਜਿਨ੍ਹਾਂ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ, ਜੇ ਕਹਿਣ ਦਾ ਯਤਨ ਕਰਾਂਗੇ ਤਾਂ ਉਹ ਥੋੜ੍ਹਾ ਹੋ ਜਾਣਾ। ਉਹਨਾਂ ਦੀਆਂ ਸਾਖੀਆਂ ਜੋ ਉਹਨਾਂ ਦੇ ਪਰਿਵਾਰਾਂ ਨੇ, ਉਹਨਾਂ ਦੇ ਨਾਲ ਰਹਿੰਦੇ ਜੀਆਂ ਨੇ ਸੁਣਾਈਆਂ, ਉਹ ਸਾਖੀਆਂ ਹੀ ਸੁਣਦੇ ਸਾਰ ਸਾਨੂੰ ਇੱਕ ਅਰਦਾਸ ਉਹਨਾਂ ਦੇ ਕੋਲ ਲੈ ਜਾਂਦੀਆਂ, ਅਤੇ ਜਿਨ੍ਹਾਂ ਦੀਆਂ ਸਾਖੀਆਂ ਸਾਨੂੰ ਅੱਜ ਵੀ ਅਰਦਾਸ ਅਤੇ ਉਹਨਾਂ ਦੇ ਕੋਲ ਲੈ ਜਾਂਦੀਆਂ। ਜਦੋਂ ਉਹ ਸਰੀਰ ਕਰਕੇ ਇੱਥੇ ਵਿਚਰ ਰਹੇ ਸੀ ਅਤੇ ਉਦੋਂ ਉਹਨਾਂ ਦਾ ਸਾਥ ਮੰਨਣ ਵਾਲਿਆਂ 'ਤੇ ਕੀ ਅਸਰ ਹੋਊਗਾ, ਇਹਦਾ ਅੰਦਾਜ਼ਾ ਇੱਥੋਂ ਲੱਗ ਸਕਦਾ। ਉੱਦਾਂ ਹੀ ਨਹੀਂ, ਕਿੰਨੇ ਹੀ ਪਰਿਵਾਰ, ਜਦੋਂ ਭਾਈ ਗੁਰਦੇਵ ਸਿੰਘ ਹੋਣਾ ਨੇ ਦੱਸਿਆ ਕਿ ਕਿੰਨੇ ਹੀ ਪਰਿਵਾਰ ਉਹਨਾਂ ਕੋਲ ਘਰ ਆ ਕੇ ਸੇਵਾ ਕਰਨ ਦੀ ਇੱਛਾ ਜ਼ਾਹਰ ਕਰਦੇ ਰਹੇ ਕਿ ਸਾਨੂੰ ਉਹਨਾਂ ਨਾਲ ਮਿਲਾਓ, ਅਸੀਂ ਸੇਵਾ ਕਰਨੀ ਹੈ। ਉੱਦਾਂ ਹੀ ਨਹੀਂ, ਭਾਈ ਅਮਰ ਸਿੰਘ ਹੋਣਾ ਨੇ, ਭਾਈ ਪਿਆਰਾ ਸਿੰਘ ਹੋਣਾ ਨੇ, ਜਿੰਨੇ ਉਹਨਾਂ ਨੂੰ ਮਿਲਦੇ ਰਹੇ ਉਹ ਆਪਣੀਆਂ ਸੁੱਖ ਸਹੂਲਤਾਂ ਛੱਡ ਕੇ ਇਸ ਜੰਗ ਦੇ ਵਿੱਚ ਸ਼ਾਮਲ ਹੁੰਦੇ ਰਹੇ। ਉੱਦਾਂ ਹੀ ਨਹੀਂ, ਮਾਤਾ ਜੰਗੀਰ ਕੌਰ ਹੋਣੀ, ਜਿਹੜੇ ਬੀਬੀ ਭਰਪੂਰ ਕੌਰ ਹੋਣਾ ਦੇ ਮਾਤਾ ਜੀ ਅੱਜ ਖੇਪਲ ਤੋਂ, ਉੱਦਾਂ ਹੀ ਨਹੀਂ ਉਹਨਾਂ ਨੇ ਕਿਹਾ ਹੋਣਾ ਕਿ ਤੂੰ ਅੱਜ ਤੋਂ ਸਾਡਾ ਪੰਜਵਾਂ ਪੁੱਤਰ ਹੈ।
ਉਦਾਂ ਹੀ ਨਹੀਂ ਬੀਬੀ ਭਰਪੂਰ ਕੌਰ ਹੋਣਾ ਨੇ ਕਿਹਾ ਹੋਣਾ ਜਦੋਂ ਭਾਈ ਪਿਆਰਾ ਸਿੰਘ ਹੋਣਾ ਨੇ ਉਹਨਾਂ ਨੂੰ ਕਿਹਾ ਕਿਉਂਕਿ ਰਿਸ਼ਤਾ ਹੋਇਆ ਸੀ ਹਲੇ ਵਿਆਹ ਹੋਣਾ ਸੀਗਾ ਆਨੰਦ ਕਾਰਜ ਹੋਣੇ ਸੀਗੇ ਅਤੇ ਭਾਈ ਪਿਆਰਾ ਸਿੰਘ ਹੋਣਾ ਨੇ ਬੀਬੀ ਭਰਪੂਰ ਕੌਰ ਹੋਣਾ ਨੂੰ ਕਿਹਾ ਕਿ ਸਾਡਾ ਰਸਤਾ ਹੋਰ ਹੈ ਇਹ ਜੰਗ ਹੈ ਇਹਦੇ 'ਚ ਸ਼ਹਾਦਤ ਯਕੀਨੀ ਹੈ ਅਤੇ ਤੁਸੀਂ ਆਪਣਾ ਕਿਸੇ ਹੋਰ ਪਾਸੇ ਰਿਸ਼ਤਾ ਦੇਖ ਲਓ ਉਹਨਾਂ ਨੇ ਮਨਾ ਕਰ ਦਿੱਤਾ ਕਿ ਮੇਰਾ ਹੁਣ ਜਿੱਥੇ ਇੱਕ ਵਾਰ ਮੇਰੇ ਪਰਿਵਾਰ ਨੇ ਕਰਤਾ ਅਤੇ ਜਿਹੜੀ ਗੱਲ ਸ਼ਹਾਦਤ ਹੀ ਦੇ ਮਹਾਰਾਜ ਬਖਸ਼ਿਸ਼ ਕਰਨ ਤੁਹਾਡੇ ਤੋਂ ਪਹਿਲਾਂ ਮੈਂ ਸ਼ਹਾਦਤ ਦਿਆਂਗੀ ਅਤੇ ਉਹ ਉਸੇ ਤਰ੍ਹਾਂ ਵਾਪਰਿਆ ਬੀਬੀ ਭਰਪੂਰ ਕੌਰ ਹੋਣਾ ਨੇ ਭਾਈ ਪਿਆਰਾ ਸਿੰਘ ਹੋਣਾ ਤੋਂ ਪਹਿਲਾਂ ਸ਼ਹਾਦਤ ਦਿੱਤੀ ਸੋ ਕੋਈ ਆਮ ਰੂਹਾਂ ਨਹੀਂ ਸੀਗੀਆਂ ਅੱਜ ਜਦੋਂ ਆਪਾਂ ਸਮਾਗਮਾਂ 'ਚ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਤਾਂ ਜਦੋਂ ਸ਼ਹਾਦਤਾਂ ਦਾ ਜ਼ਿਕਰ ਕਰਦੇ ਹਾਂ ਤਾਂ ਉਹਨੂੰ ਬਹੁਤ ਕੈਲਕੂਲੇਸ਼ਨਾਂ 'ਚ ਲੈ ਜਾਂਦੇ ਹਾਂ ਉਹਨੂੰ ਘਾਟੇ 'ਚ ਲੈ ਜਾਂਦੇ ਹਾਂ ਇਹ ਕੋਈ ਨਫੇ ਨੁਕਸਾਨ ਦੀ ਖੇਡ ਨਹੀਂ ਸੀਗੀ ਇਹ ਵਪਾਰ ਨਹੀਂ ਸੀਗਾ ਉਹਨਾਂ ਨੂੰ ਸਪਸ਼ਟ ਸੀ ਕਿ ਇਹ ਰਾਹ ਕਿਸ ਪਾਸੇ ਜਾਂਦਾ ਉਹਨਾਂ ਨੇ ਰਾਹ ਚੁਣਿਆ ਉਹਨਾਂ ਨੇ ਇਸ ਰਾਹ ਲਈ ਅਰਦਾਸਾਂ ਕੀਤੀਆਂ ਸੰਗਤਾਂ ਦੀਆਂ ਅਰਦਾਸਾਂ ਉਹਨਾਂ ਦੇ ਨਾਲ ਸੀਗੀਆਂ ਉਹਨਾਂ ਨੂੰ ਪਤਾ ਸੀ ਕਿ ਇਹਦੀ ਮੰਜ਼ਿਲ ਕੀ ਹੈ ਅਤੇ ਸ਼ਹਾਦਤ ਸਿੱਖ ਲਈ ਦਾਤ ਹੈ ਹਰ ਕਿਸੇ ਨੂੰ ਇਹ ਦਾਤ ਪ੍ਰਾਪਤ ਨਹੀਂ ਹੁੰਦੀ ਸ਼ਹਾਦਤ ਰਾਹੀਂ ਮਹਾਰਾਜ ਦੀ ਗੋਦ ਨਸੀਬ ਹੁੰਦੀ ਅਤੇ ਅੱਜ ਜਦੋਂ ਅਸੀਂ ਪੰਥ ਵਜੋਂ ਸ਼ਹੀਦ ਪਰਿਵਾਰਾਂ ਵਜੋਂ ਉਹਨਾਂ ਨੂੰ ਯਾਦ ਕਰਨਾ ਹੈ ਜਾਂ ਉਹਨਾਂ ਦੀ ਬਾਤ ਅਗਲੀ ਪੀੜ੍ਹੀ ਤੱਕ ਸੁਣਾਉਣੀ ਤਾਂ ਇਹ ਸ਼ਹਾਦਤਾਂ ਨੂੰ ਮਾਣ ਵਜੋਂ ਦੱਸਿਆ ਕਰੀਏ ਇਹ ਮਾਣ ਹੈ ਸਾਡੇ ਲਈ ਇਹ ਕੋਈ ਘਾਟਾ ਨਹੀਂ ਹੈ ਉਹ ਸਪਸ਼ਟ ਤੌਰ 'ਤੇ ਇਸ ਰਾਹ 'ਤੇ ਤੁਰੇ ਅਤੇ ਆਪਾਂ ਫਿਰ ਉਹਨਾਂ ਨੂੰ ਯਾਦ ਕਰਨ ਵਕਤ ਕਿ ਸਾਡੇ ਇੰਨੇ ਬੰਦੇ ਮਾਰੇ ਗਏ ਉਹ ਸੰਘਰਸ਼ 'ਚੋਂ ਕੁਛ ਨਿਕਲਿਆ ਨਹੀਂ ਹੈ ਘਾਟੇ ਵਾਧੇ 'ਚ ਪੈ ਜਾਂਦੇ ਹਾਂ ਉਹ ਇੱਕ ਸ਼ੇਅਰ ਆ ਕਿ ਜ਼ਿੰਦਗੀ ਜੈਸੇ ਜਲਾਨੀ ਥੀ ਵੈਸੇ ਜਲਾ ਲਈ ਹਮਨੇ ਗਾਲਬ ਅਬ ਦੂਏ ਪੇ ਬਹਿਸ ਕੈਸੀ ਔਰ ਰਾਖ ਪੇ ਇਤਰਾਜ਼ ਕੈਸਾ ਉਹਨਾਂ ਸ਼ਹੀਦਾਂ ਦੀਆਂ ਅਨੇਕਾਂ ਸਾਖੀਆਂ ਅੱਛਾ ਉਹ ਬਿਲਕੁਲ ਨਿੱਜੀ ਬੈਰ ਵਿਰੋਧ ਤੋਂ ਨਿੱਜੀ ਝਗੜਿਆਂ ਤੋਂ ਉੱਪਰ ਉੱਠ ਕੇ ਚੱਲੇ ਹੋਏ ਸੀ ਅੱਜ ਜਦੋਂ ਅਸੀਂ ਪਰਿਵਾਰਾਂ ਦੀ ਵੀ ਗੱਲ ਕਰਦੇ ਹਾਂ ਇਸ ਗੱਲ 'ਚ ਕੋਈ ਦੋ ਰਾਏ ਨਹੀਂ ਕਿ ਸਾਡੀ ਜਿੰਨੇ ਅਸੀਂ ਹੁਣ ਅਗਲੀ ਪੀੜ੍ਹੀ ਵਜੋਂ ਹਾਂ ਜਾਂ ਜਿੰਨੇ ਆਪਾਂ ਬਚੇ ਹਾਂ ਪਿਛਲੇ ਸੰਘਰਸ਼ 'ਚੋਂ ਉਹਨਾਂ ਦਾ ਫਰਜ਼ ਬਣਦਾ ਹੈ ਕਿ ਆਪਾਂ ਹੁਣ ਪਰਿਵਾਰਾਂ ਦੀ ਸਾਂਭ ਸੰਭਾਲ ਕਰੀਏ ਪਰ ਮੈਨੂੰ ਲੱਗਦਾ ਇਹ ਗੱਲ ਐਡੀ ਵੱਡੀ ਨਹੀਂ ਹੈ ਜਿੱਡੀ ਅਸੀਂ ਬਣਾ ਲੈਂਦੇ ਅਤੇ ਅਸੀਂ ਇਸੇ ਗੱਲ ਦਾ ਜ਼ਿਕਰ ਕਰਦੇ ਰਹਿੰਦੇ ਵਾਰ ਵਾਰ ਮੇਰੀ ਪਰਿਵਾਰਾਂ ਨੂੰ ਵੀ ਬੇਨਤੀ ਹੈ ਕਿਉਂਕਿ ਉਹ ਜਿਹੜੀ ਸੁੱਖ ਸਹੂਲਤਾਂ ਤਿਆਗਣ ਦੀ ਗੱਲ ਹੈ ਉਹ ਇਕੱਲੀ ਭਾਈ ਪਿਆਰਾ ਸਿੰਘ ਹੋਣਾ ਦੇ ਭਾਈ ਅਮਰ ਸਿੰਘ ਹੋਣਾ ਤੱਕ ਸੀਮਤ ਨਹੀਂ ਹੈ ਇਹਨਾਂ ਦੀ ਠਾਹਰ ਸੀ ਬਖਤੜੀ ਪਿੰਡ ਉੱਥੋਂ ਦੇ ਦੋ ਸਿੰਘਾਂ ਨੂੰ ਇਹਨਾਂ ਦੀ ਠਾਹਰ ਉੱਥੇ ਹੋਣ ਕਰਕੇ ਪੁਲਿਸ ਨੇ ਲਾਪਤਾ ਕਰਕੇ ਸ਼ਹੀਦ ਕੀਤਾ ਉਹਨਾਂ ਦੇ ਭਰਾ ਤੀਜੇ ਭਰਾ ਸਰਦਾਰ ਨਾਜਰ ਸਿੰਘ ਹੋਣਾ ਨੂੰ ਪੁਲਿਸ ਤੰਗ ਪਰੇਸ਼ਾਨ ਕਰਦੀ ਰਹੀ ਉਸ ਤੋਂ ਬਾਅਦ ਉਹਨਾਂ ਨੂੰ 15 ਲੱਖ ਤੱਕ ਦੀ ਉਸ ਵਕਤ 15 ਲੱਖ ਤੱਕ ਉਸ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਤੈਨੂੰ 15 ਲੱਖ ਰੁਪਇਆ ਦਿੰਦੇ ਹਾਂ ਅਤੇ ਤੂੰ ਇਸ ਗੱਲ ਨੂੰ ਰਫਾ ਦਫਾ ਕਰ ਤੂੰ ਉਹ ਤਾਂ ਜਿੱਥੇ ਜਾਣਾ ਸੀ ਉਹ ਚਲੇ ਗਏ ਤੂੰ ਉਹਨਾਂ ਦੀ ਗੱਲ ਨਾ ਕਰ ਅਤੇ ਸਰਦਾਰ ਨਾਜਰ ਸਿੰਘ ਹੋਣਾ ਨੇ ਜਵਾਬ 'ਚ ਉਸ ਪੁਲਿਸ ਵਾਲੇ ਨੂੰ ਕਿਹਾ ਸੀ ਕਿ ਜਿਸ SSP ਨੇ ਸਾਡੇ ਭਰਾ ਚੱਕੇ ਹੈ ਉਸ SSP ਦੇ ਇੱਕ ਮੁੰਡਾ ਤੂੰ 15 ਲੱਖ ਮੈਂ ਤੈਨੂੰ ਦਿੰਦਾ ਜਿੱਦਾਂ ਮਰਜ਼ੀ ਕਰਕੇ ਦੇਵਾਂ
ਤੇ ਮੈਂ ਮੈਨੂੰ ਉਹ ਮੁੰਡਾ ਮੈਨੂੰ ਚੁੱਕਣ ਦੇ ਤੇ ਫਿਰ ਤੇਰੇ SSP ਨੂੰ ਪਤਾ ਲੱਗਣਾ। ਸੋ ਇਹ ਜਿਹੜੀਆਂ ਗੱਲਾਂ ਹੈ ਪਦਾਰਥ ਦੀਆਂ ਘਰ ਦੀਆਂ ਇਹ ਛੋਟੀਆਂ, ਵੱਡੀ ਗੱਲ ਇਹ ਹੋਣੀ ਚਾਹੀਦੀ, ਤੁਹਾਨੂੰ ਮਾਣ ਹੋਣਾ ਚਾਹੀਦਾ ਕਿ ਸਾਡੇ ਘਰ ਦਾ ਜੀ ਮਹਾਰਾਜ ਦੀ ਗੋਦ 'ਚ ਗਿਆ, ਉਹਨੂੰ ਉਹ ਦਾਤ ਪ੍ਰਾਪਤ ਹੋਈ ਜਿਹੜੀ ਬਹੁਤ ਬਿਰਲਿਆਂ ਨੂੰ ਪ੍ਰਾਪਤ ਹੁੰਦੀ। ਉਸ ਮਾਣ 'ਚੋਂ ਸਾਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ। ਦੂਜੀ ਇੱਕ ਬੇਨਤੀ ਇਹ ਵੀ ਹੈ ਕਿ ਜਿੰਨੇ ਪਰਿਵਾਰ ਇੱਥੇ ਆਏ, ਅਸੀਂ ਪਿਛਲੇ ਕੁਛ ਸਮੇਂ ਤੋਂ ਇਹ ਯਤਨ ਕਰ ਰਹੇ ਕਿ ਜਿੰਨੇ ਸ਼ਹੀਦਾਂ ਬਾਰੇ ਲਿਖਿਆ ਜਾ ਸਕੇ, ਜਿੰਨੀਆਂ ਹੀ ਉਹਨਾਂ ਦੀਆਂ ਬਾਤਾਂ ਗੱਲਾਂ ਹੈ ਉਹ ਅਗਲੀ ਪੀੜ੍ਹੀ ਤੱਕ ਜਾਂ ਉਹ ਇਤਿਹਾਸ ਦੇ ਰੂਪ 'ਚ ਸਾਂਭ ਸਕੀਏ। ਸੋ ਜਿੰਨੇ ਪਰਿਵਾਰ ਇੱਥੇ ਆਏ, ਜੇ ਉਹਨਾਂ ਦੀ ਇੱਛਾ ਹੋਵੇ ਕਿ ਉਹਨਾਂ ਦੇ ਜੀਆਂ ਬਾਰੇ ਵੀ ਕੁਛ ਲਿਖਿਆ ਜਾਣਾ ਚਾਹੀਦਾ ਜਾਂ ਉਹ ਸਹਿਮਤ ਹੋਣ ਇਸ ਕਾਰਜ ਦੇ ਨਾਲ, ਤਾਂ ਉਹ ਜ਼ਰੂਰ ਆਪਣੇ ਬਾਰੇ ਕੁਛ ਦੱਸ ਕੇ ਜਾਣ ਜਿਹੜੇ ਸਿੰਘ ਨਾਮ ਲਿਖ ਰਹੇ। ਸੋ ਅਸੀਂ ਪਹਿਲ ਦੇ ਆਧਾਰ 'ਤੇ ਕੁਛ ਉਹਨਾਂ ਪਰਿਵਾਰਾਂ ਨੂੰ ਜ਼ਰੂਰ ਮਿਲਾਂਗੇ। ਆਲੋਅਰਖ ਦੇ ਸਿੰਘਾਂ ਬਾਰੇ ਪਿਛਲੇ ਸਾਲ ਮਹਾਰਾਜ ਨੇ ਲਿਖਤੀ ਇੱਕ ਕਾਰਜ ਕਰਵਾਇਆ, ਉਸ ਤੋਂ ਬਾਅਦ ਰਾਜੋ ਮਾਜਰਾ ਪਿੰਡ ਜਿੱਥੋਂ ਅੱਜ ਕੁਛ ਸ਼ਹੀਦ ਪਰਿਵਾਰ ਵੀ ਆਏ ਹੈ ਉੱਥੋਂ ਦੇ ਪਰਿਵਾਰਾਂ ਨਾਲ ਲਗਾਤਾਰ ਮਿਲ ਰਹੇ ਹੈ। 8-9 ਦੇ ਕਰੀਬ ਪਰਿਵਾਰਾਂ ਨੂੰ ਮਿਲਣੇ ਹੈ ਅਤੇ ਕੁਛ ਪਰਿਵਾਰ ਰਹਿੰਦੇ ਹੈ ਮਹਾਰਾਜ ਨੇ ਜੇ ਪਾਇਆ ਮਹਾਰਾਜ ਨੂੰ ਤਾਂ ਉਹਨਾਂ ਪਰਿਵਾਰਾਂ ਬਾਰੇ ਵੀ ਕੁਛ ਨਾ ਕੁਛ ਲਿਖਤੀ ਕਰਨ ਦਾ ਯਤਨ ਹੈ। ਇਸੇ ਤਰ੍ਹਾਂ ਅੱਜ ਸਨਮਾਨ ਦੇ ਨਾਲ ਜਿਹੜੀ ਕਿਤਾਬ ਸਾਰੇ ਸ਼ਹੀਦ ਪਰਿਵਾਰਾਂ ਨੂੰ ਦੇਣੀ, ਉਹ ਭਾਈ ਹਰਪ੍ਰੀਤ ਸਿੰਘ ਹੋਣਾ ਨੇ ਉੱਦਮ ਕਰਕੇ ਜਿੰਨੇ ਹੀ ਆਪਣੇ ਸੰਗਰੂਰ ਜ਼ਿਲ੍ਹੇ ਦੇ, ਬਰਨਾਲੇ ਜ਼ਿਲ੍ਹੇ ਦੇ, ਮਲੇਰਕੋਟਲੇ ਦੇ ਸ਼ਹੀਦ ਹੋਏ, ਉਹਨਾਂ ਦੀਆਂ ਵੱਖ ਵੱਖ ਥਾਵਾਂ ਤੋਂ ਸੂਚੀਆਂ ਇਕੱਤਰ ਕਰਕੇ ਉਹ ਇੱਕ ਲਿਸਟ ਜਿਹਦੇ 'ਚ ਨਾਲ ਸੰਖੇਪ ਵੇਰਵਾ ਹੈ ਉਹ ਕਿਤਾਬ ਦੇ ਰੂਪ 'ਚ ਕੁਛ ਮਹੀਨੇ ਪਹਿਲਾਂ ਜਾਰੀ ਹੋਇਆ ਸੀ, ਉਹ ਕਿਤਾਬ ਅੱਜ ਦੇਣੀ। ਉਹਦੇ ਨਾਲ ਬੇਨਤੀ ਇਹ ਹੈ ਕਿ ਜਿੰਨੇ ਹੀ ਪਰਿਵਾਰਾਂ ਦਾ ਉਹਦੇ 'ਚ ਹੋ ਸਕਦਾ ਕਿ ਕੁਛ ਪਰਿਵਾਰਾਂ ਦਾ ਜ਼ਿਕਰ ਹੋਣ ਰਹਿ ਗਿਆ ਹੋਵੇ, ਕੁਛ ਸੋਧ ਦੀ ਗੁੰਜਾਇਸ਼ ਹੋਵੇ, ਤਾਂ ਜ਼ਰੂਰ ਪੜ੍ਹ ਕੇ ਸਾਨੂੰ ਉਹਦੇ 'ਚ ਕੋਈ ਵਾਧਾ ਘਾਟਾ ਕਰਨ ਦੇ ਲਈ ਸਹਿਯੋਗ ਦਿਓ। ਇਹ ਆਪਣਾ ਸਾਂਝਾ ਕਾਰਜ ਹੈ। ਸੋ ਮਹਾਰਾਜ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਆਪਾਂ ਸ਼ਹੀਦਾਂ ਦੀ ਯਾਦ 'ਚ ਇਕੱਤਰ ਹੋਈਏ ਅਤੇ ਇੱਕ ਜਿਹੜੀ ਉਹਨਾਂ ਦੀ ਯਾਦ 'ਚੋਂ ਸੇਧ ਲੈਣ ਦੀ ਗੱਲ ਹੈ ਕਿ ਜਿਸ ਤਰ੍ਹਾਂ ਉਹ ਮੇਰੇ ਤੋਂ ਪਹਿਲਾਂ ਭਾਈ ਗੁਰਦਿੱਤ ਸਿੰਘ ਹੋਣੀ ਜ਼ਿਕਰ ਕਰ ਰਹੇ ਸੀਗੇ ਕਿ ਉਹਨਾਂ ਕੋਲ ਬਹੁਤ ਚੰਗੀਆਂ ਚੰਗੀਆਂ ਨੌਕਰੀਆਂ ਸੀਗੀਆਂ, ਉਹਨਾਂ ਨੇ ਉਹ ਸਭ ਕੁਝ ਛੱਡ ਕੇ ਰਾਹ ਚੁਣੇ ਆ। ਮਹਾਰਾਜ ਨੇ ਵੀ ਖਾਲਸਾ ਸਾਜਿਆ ਅਤੇ ਖਾਲਸਾ ਆਮ ਦੁਨੀਆਦਾਰਾਂ ਨਾਲੋਂ ਖਾਲਸੇ ਦੇ ਨਿਸ਼ਾਨੇ ਦਾ, ਉਹਦੇ ਰਹਿਣ ਸਹਿਣ ਦਾ, ਉਹਦੇ ਅਮਲ ਦਾ, ਉਹਦੇ ਜੋੜ ਘਟਾਓ ਦਾ, ਉਹਦੇ ਸੁੱਖ ਦੁੱਖ ਦਾ ਅੰਤਰ ਹੈ, ਵੱਡਾ ਅੰਤਰ ਹੈ। ਅੱਜ ਸਾਨੂੰ ਆਪਣੇ ਅੰਦਰ ਇਹ ਝਾਤ ਮਾਰ ਕੇ ਮਹਾਰਾਜ ਨੂੰ ਅਰਦਾਸ ਕਰਨੀ ਚਾਹੀਦੀ ਕਿ ਮਹਾਰਾਜ ਬਖਸ਼ਿਸ਼ ਕਰਨ, ਆਪਾਂ ਆਪਣੀਆਂ ਇਹ ਸੁੱਖ ਸਹੂਲਤਾਂ 'ਚੋਂ ਨਿਕਲ ਕਰਕੇ ਪੰਥ ਦੇ ਰਾਹ ਦੇ ਉੱਤੇ ਕੋਈ ਤਿਲ ਫੁੱਲ ਮਹਾਰਾਜ ਸੇਵਾ ਲੈ ਲੈਣ। ਇਸ ਦੇ ਨਾਲ ਹੀ ਜਿੰਨੇ ਹੀ ਸਰਗਰਮ ਸ਼ਖਸੀਅਤਾਂ ਇੱਥੇ ਇਸ ਇਲਾਕੇ ਦੀਆਂ ਹਾਜ਼ਰ ਨੇ ਉਹਨਾਂ ਨੂੰ ਵੀ ਇੱਕ ਬੇਨਤੀ ਹੈ ਕਿ ਆਪਾਂ ਪਿਛਲੇ ਸਮੇਂ ਤੋਂ ਜਿੰਨਾ ਹੀ ਇੱਥੇ ਜ਼ਿਕਰ ਹੋਇਆ ਜਾਂ ਅੱਗੇ ਸਮਾਗਮਾਂ 'ਚ ਹੁੰਦਾ ਰਹਿੰਦਾ ਹੈ ਕਿ ਸਾਡੇ 'ਚ ਬਹੁਤ ਨਿਘਾਰ ਆ ਗਿਆ, ਉਹ ਹਾਲਾਤ ਨਹੀਂ ਰਹੇ ਪੰਥ ਦੇ, ਉਹਦੇ ਲਈ ਇੱਕੋ ਬੇਨਤੀ ਹੈ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਦੋ ਗੱਲਾਂ ਆਪਣੀਆਂ ਛੱਡ ਲਈਆਂ। ਅਸੀਂ ਅਗਵਾਈ ਜਿਹੜੀ ਸਾਡੀ ਸੀ ਉਹ ਸਾਂਝੇ ਰੂਪ 'ਚ ਹੁੰਦੀ ਸੀ, ਉਹ ਅਸੀਂ ਛੱਡ ਲਈ। ਅਸੀਂ ਹੁਣ ਜਿਹਨੂੰ ਕੋਈ ਉੱਚੇ ਸੁਰ 'ਚ ਗੱਲ ਕਰਨੀ ਆਉਂਦੀ ਜਾਂ ਆਸ ਮੋਬਾਈਲ 'ਤੇ ਸੋਸ਼ਲ ਮੀਡੀਆ 'ਤੇ ਥੋੜ੍ਹਾ ਰੌਲੇ ਰੱਪੇ ਵਾਲੀ ਕਲੇਸ਼ ਵਾਲੀ ਗੱਲ ਕਰਨੀ ਆਉਂਦੀ, ਉੱਚੀ ਬੋਲਣਾ ਆਉਂਦਾ,
ਅਸੀਂ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਨਵੇਂ ਨਵੇਂ ਆਗੂ ਭਾਲ ਲੈਂਦੇ ਹਾਂ, ਕੁਛ ਸਮਾਂ ਫਿਰ ਉਹਦੇ ਪਿੱਛੇ, ਕੁਛ ਸਮਾਂ ਫਿਰ ਅਗਲੇ ਪਿੱਛੇ। ਉਹਦੀ ਬਜਾਏ ਜੋ ਸਾਡਾ ਤਰੀਕਾ ਹੈ ਸਾਂਝੀ ਅਗਵਾਈ ਦਾ, ਅਤੇ ਜੋ ਡਿਸੀਜ਼ਨ ਲੈਣੇ, ਖਾਸ ਕਰ ਜ਼ਿਆਦਾ ਨਹੀਂ ਤਾਂ ਜੋ ਆਪਣੇ ਇਲਾਕੇ ਦੇ ਫੈਸਲੇ ਆ, ਇਲਾਕੇ ਦੇ ਮਸਲੇ ਆ, ਉਹ ਸਾਡੀ ਪਰੰਪਰਾ ਅਨੁਸਾਰ, ਗੁਰਮਤੇ ਅਨੁਸਾਰ ਕਰਨ ਵਾਲੇ ਪਾਸੇ ਤੁਰੀਏ। ਹੁਣ ਜਿੰਨੀ ਗੱਲ ਵਿਗੜ ਗਈ ਹੈ, ਇਹ ਕੋਈ ਮਹਾਰਾਜ ਨੂੰ ਪਾਇਆ, ਕੋਈ ਯੂ ਟਰਨ ਹੋ ਸਕਦੀ, ਅਦਰਵਾਈਜ਼ ਸਾਨੂੰ ਮੁੜ ਨੀਹਾਂ ਤੋਂ ਹੀ ਆਪਣੀਆਂ ਜੋ ਬਿਲਕੁਲ ਬੁਨਿਆਦੀ ਗੱਲਾਂ ਹੈ, ਜੋ ਸਾਤੋਂ ਛੁੱਟ ਗਈਆਂ, ਉੱਥੋਂ ਸ਼ੁਰੂ ਕਰਨਾ ਪੈਣਾ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਬੋਲਦੇ ਕੋਲੋਂ ਕੋਈ ਗੱਲ ਵੱਧ ਘੱਟ ਕਹੀ ਗਈ ਹੋਵੇ, ਆਪ ਸਭ ਸੰਗਤ ਗੁਰੂ ਪਾਤਸ਼ਾਹ ਬਖਸ਼ਣਯੋਗ ਹੈ, ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Mm-hmm.